ਵੈਲਕਮ ਟੂ ਈਜ਼ੀ ਕੁਕਿੰਗ ਬਾਈ ਪਰਮਜੀਤ ਕੌਰ। ਹਾਂਜੀ, ਅੱਜ ਕੀ ਬਣਾਉਣ ਲੱਗੇ ਹੋ ਜੀ? ਅੱਜ ਅਸੀਂ ਫੁੱਟੇ ਦੇ ਪਕੌੜੇ ਬਣਾਉਂਗੇ ਜੀ। ਲਓ ਜੀ, ਲਓ ਦੇਖੋ ਜੀ, ਪਕੌੜੇ ਤੁਸੀਂ ਬਹੁਤ ਖਾਧੇ ਹੋਣੇ ਆ, ਅਤੇ ਅੱਜ ਜਿਹੜੇ ਅਸੀਂ ਪਕੌੜੇ ਬਣਾਉਣੇ ਉਹ ਸਵੀਟ ਕੌਰਨ, ਯਾਨੀ ਕਿ ਭੁੱਟਾ ਵੀ ਕਹਿੰਦੇ ਨੇ, ਸਵੀਟ ਕੌਰਨ ਵੀ ਕਹਿੰਦੇ ਨੇ, ਅਮੈਰੀਕਨ ਕੌਰਨ ਵੀ ਕਹਿੰਦੇ। ਅਤੇ ਇਹ ਜਿਹੜੇ ਸਵੀਟ ਕੌਰਨ ਹੁੰਦੇ ਆ, ਇਹ ਬੜੇ ਸੌਫਟ ਹੁੰਦੇ ਆ ਔਰ ਬਹੁਤ ਮਿੱਠੇ ਹੁੰਦੇ ਆ। ਦੇਖੋ ਜੀ, ਇਹ ਅਸੀਂ ਇੱਕ ਛੱਲੀ ਲਈ ਸੀ, ਉਹਦੇ 'ਚੋਂ 200 ਗ੍ਰਾਮ ਸਵੀਟ ਕੌਰਨ ਨਿਕਲੇ ਜੀ। ਇਹਦੇ ਅਸੀਂ ਅੱਜ ਬਣਾਵਾਂਗੇ ਪਕੌੜੇ। ਅਤੇ ਸਭ ਤੋਂ ਪਹਿਲਾ ਸਟੈਪ ਇਹ ਹੈ ਜੀ, ਵੀ ਇਹ 'ਚੋਂ ਅਸੀਂ ਅੱਧੇ ਸਵੀਟ ਕੌਰਨ ਲੈ ਲੈਣੇ ਨੇ, ਯਾਨੀ ਕਿ 200 ਗ੍ਰਾਮ 'ਚੋਂ 100 ਗ੍ਰਾਮ ਲੈ ਲੈਣੇ ਨੇ, ਅਤੇ ਇਹਨੂੰ ਥੋੜ੍ਹਾ ਜਿਹਾ ਅਸੀਂ ਕਰਸ਼ ਕਰਾਂਗੇ। ਲਓ ਜੀ, ਅਸੀਂ ਅੱਧੇ ਸਵੀਟ ਕੌਰਨ ਕਰਸ਼ ਕਰ ਲਏ ਜੀ, ਉਸੀ ਬਾਊਲ 'ਚ ਅਸੀਂ ਪਾ ਲੈਣੇ। ਲਓ ਜੀ, ਅੱਧੇ ਸਾਡੇ ਸਾਬਤ ਨੇ ਜੀ ਦਾਣੇ, ਅਤੇ ਅੱਧੇ ਅਸੀਂ ਕਰਸ਼ ਕਰ ਲੈਣੇ, ਅਤੇ ਦੋਨਾਂ ਨੂੰ ਅੱਛੀ ਤਰ੍ਹਾਂ ਮਿਕਸ ਕਰ ਦੇਣਾ ਜੀ। ਸਭ ਤੋਂ ਪਹਿਲੇ ਅਸੀਂ ਐਡ ਕਰਾਂਗੇ ਜੀ ਅੱਧਾ ਛੋਟਾ ਚਮਚ ਨਮਕ। ਨਮਕ ਤੁਸੀਂ ਆਪਦੇ ਟੇਸਟ ਦੇ ਮੁਤਾਬਕ ਪਾਉਣਾ ਜੀ। ਇਸ ਤਰ੍ਹਾਂ ਅੱਧਾ ਚਮਚ ਲਾਲ ਮਿਰਚ ਹੈ ਜੀ, ਇਹ ਵੀ ਅੱਧਾ ਛੋਟਾ ਚਮਚ ਹੈ, ਇਹ ਵੀ ਤੁਸੀਂ ਆਪਦੇ ਟੇਸਟ ਦੇ ਮੁਤਾਬਕ ਪਾਉਣਾ ਹੈ। ਅਤੇ ਅੱਧਾ ਛੋਟਾ ਚਮਚ ਅਜਵਾਇਣ, ਅਜਵਾਇਣ ਤਿੰਨ ਹਰੀਆਂ ਮਿਰਚਾਂ ਛੋਟੀਆਂ, ਤਿੰਨ ਛੋਟੀਆਂ ਛੋਟੀਆਂ ਹਰੀਆਂ ਮਿਰਚਾਂ ਲੈ ਕੇ ਅਸੀਂ ਚੌਪ ਕਰ ਲਈਆਂ ਸੀ, ਉਹ ਵੀ ਐਡ ਕਰਤੀਆਂ ਜੀ। ਥੋੜ੍ਹਾ ਜਿਹਾ ਪਿਆਜ਼ ਚੌਪ ਕਰਕੇ ਰੱਖਿਆ ਸੀ, ਇਹ ਅਸੀਂ ਐਡ ਕਰ ਦਿੱਤਾ। ਥੋੜ੍ਹੇ ਸ਼ਿਮਲਾ ਮਿਰਚ ਦੇ ਪੀਸ ਨੇ, ਥੋੜ੍ਹਾ ਜਿਹਾ ਪੀਸ ਅਸੀਂ ਸ਼ਿਮਲਾ ਮਿਰਚ ਦਾ ਚੌਪ ਕੀਤਾ ਸੀ, ਉਹ ਅਸੀਂ ਐਡ ਕਰ ਦਿੰਦੇ ਜੀ। ਗ੍ਰੀਨ ਧਨੀਆ, ਥੋੜ੍ਹੇ ਜਿਹੇ ਹਰੇ ਧਨੀਆ ਦੇ ਪੱਤੇ ਚੌਪ ਕਰਕੇ ਰੱਖੇ ਸੀ ਜੀ, ਉਹ ਵੀ ਐਡ ਕਰਤੇ ਜੀ। ਅੱਛੀ ਤਰ੍ਹਾਂ ਮਿਕਸ ਕਰ ਦੇਣਾ ਜੀ। ਬਹੁਤ ਹੀ ਸਿੰਪਲ ਜਿਹਾ ਤਰੀਕਾ ਜੀ ਸਵੀਟ ਕੌਰਨ ਦੇ ਪਕੌੜੇ ਬਣਾਉਣ ਦਾ। ਲਓ ਜੀ, ਬੇਸਨ ਐਡ ਕਰਦੇ ਹਾਂ ਜੀ। ਫਿਲਹਾਲ ਅਸੀਂ ਜਿਹੜੀ ਕੜਛੀ ਹੈ, ਛੋਟੀ ਕੜਛੀਆਂ ਦੋ ਅਸੀਂ ਪਾਤੀਆਂ ਜੀ, ਦੋ ਟੇਬਲ ਸਪੂਨ ਕਹੋ ਤਾਂ 4 ਟੇਬਲ ਸਪੂਨ ਹੈ, ਅਤੇ 2 ਟੇਬਲ ਸਪੂਨ ਅਸੀਂ ਮੱਕੀ ਦਾ ਆਟਾ ਪਕੌੜਿਆਂ ਨੂੰ ਕ੍ਰਿਸਪੀ ਕਰਨ ਵਾਸਤੇ ਐਡ ਕਰ ਦਿੱਤਾ ਜੀ। ਜਿਹੜਾ ਬੇਸਨ ਹੈ, ਐਜ਼ ਪਰ ਰਿਕੁਆਇਰਮੈਂਟ ਪਏਗਾ, ਅਸੀਂ ਹੁਣ ਇਹਨੂੰ ਮਿਕਸ ਕਰਾਂਗੇ। ਜੇ ਜ਼ਰੂਰਤ ਪਈ ਤਾਂ ਨਾਲ ਨਾਲ ਅਸੀਂ ਹੋਰ ਐਡ ਕਰਾਂਗੇ, ਥੋੜ੍ਹਾ ਸਿਰ ਪਾਣੀ ਲਾਵਾਂਗੇ। ਪਹਿਲੇ ਅਸੀਂ ਮਿਕਸ ਕਰ ਲੈਣਾ, ਅਤੇ ਬਾਅਦ 'ਚ ਦੇਖਦੇ ਹਾਂ ਜੀ ਕਿੰਨੇ ਪਾਣੀ ਦੀ ਜ਼ਰੂਰਤ ਹੈ ਅਤੇ ਕਿੰਨੇ ਬੇਸਨ ਦੀ ਲੋੜ ਹੈ। ਅੱਛੀ ਤਰ੍ਹਾਂ ਅਸੀਂ ਮਿਕਸ ਕਰ ਦੇਣਾ ਜੀ। ਲਓ ਜੀ, ਥੋੜ੍ਹਾ ਜਿਹਾ ਬੇਸਨ ਹੋਰ ਐਡ ਕਰਦੇ ਹਾਂ ਜੀ, ਕਿਉਂਕਿ ਜਦੋਂ ਸਾਡਾ ਸਵੀਟ ਕੌਰਨਸ ਬੇਸਨ 'ਚ ਪੂਰੇ ਲਿਪੜ ਜਾਣਗੇ, ਫਿਰ ਸਾਡਾ ਬੈਟਰ ਤਿਆਰ ਹੋਏਗਾ ਜੀ, ਤਾਂ ਕਿ ਪਕੌੜੇ ਬਣਾਉਣ ਲੱਗੇ ਅਲੱਗ ਅਲੱਗ ਨਾ ਹੋ ਜਾਣੇ। ਲਓ ਜੀ, ਥੋੜ੍ਹਾ ਜਿਹਾ ਅਸੀਂ ਬੇਸਨ ਹੋਰ ਪਾਉਣ ਲੱਗੇ ਜੀ, ਅਤੇ ਅਸੀਂ ਪਾਣੀ ਉਹਦੇ 'ਚ ਪਾਇਆ ਸੀ ਜਿਹਦੇ 'ਚ ਅਸੀਂ ਕੌਰਨ ਕ੍ਰਸ਼ ਕੀਤੇ ਸੀ, ਅਤੇ ਉਹ ਅਸੀਂ ਪਾਣੀ ਐਡ ਕਰ ਦੇਣਾ। ਇਹ ਵੀ ਸਲੋ ਸਲੋ ਕਰਕੇ ਪਾਣੀ ਐਡ ਕਰਨਾ ਜੀ, ਕਿਉਂਕਿ ਇਹਦਾ ਬੈਟਰ ਇਸ ਤਰ੍ਹਾਂ ਬਣਨਾ ਚਾਹੀਦਾ ਵੀ ਕੌਰਨਸ ਔਰ ਬੇਸਨ ਇਕਦਮ ਆਪਸ 'ਚ ਮਿਕਸ ਹੋ ਜਾਂਦੇ। ਲਓ ਜੀ, ਬੈਟਰ ਸਾਡਾ ਤਿਆਰ ਹੋ ਗਿਆ। ਦੇਖੋ ਜੀ, ਇਸ ਤਰ੍ਹਾਂ ਦਾ ਸਾਨੂੰ ਬੈਟਰ ਚਾਹੀਦਾ ਸੀ ਵੀ ਸਾਰੀਆਂ ਚੀਜ਼ਾਂ ਆਪਸ 'ਚ ਮਿਕਸ ਹੋ ਗਈਆਂ। ਦੇਖੋ ਜੀ, ਇਸ ਤਰ੍ਹਾਂ ਦਾ ਬੈਟਰ ਚਾਹੀਦਾ ਸੀ, ਅਤੇ ਇਹ ਸਾਡਾ ਤਿਆਰ ਹੋ ਗਿਆ। ਲਓ ਜੀ, ਸਰਸੋਂ ਦਾ ਤੇਲ ਸਾਡਾ ਪੂਰਾ ਗਰਮ ਹੋ ਚੁੱਕਿਆ ਜੀ, ਅਤੇ ਪਕੌੜੇ ਬਣਾਉਣੇ ਸ਼ੁਰੂ ਕਰਦੇ ਹਾਂ। ਜਦੋਂ ਤੇਲ ਸਾਡਾ ਬਿਲਕੁਲ ਬਹੁਤ ਗਰਮ ਹੋ ਗਿਆ ਸੀ, ਤਾਂ ਅਸੀਂ ਉਹਦਾ ਫਲੇਮ ਘਟਾ ਦਿੱਤਾ ਸੀ, ਤਾਂ ਕਿ ਜੋ ਪਕੌੜੇ ਇੱਕਦਮ ਜਦੋਂ ਪਾਵਾਂਗੇ ਤਾਂ ਸੜਨ ਦਾ ਡਰ ਰਹਿੰਦਾ।
ਜਦੋਂ ਪਕੌੜੇ ਸਾਰੇ ਐਡ ਕਰ ਦਿਆਂਗੇ ਫਿਰ ਫਲੇਮ ਥੋੜ੍ਹਾ ਜਿਹਾ ਵਧਾਵਾਂਗੇ, ਕਿਉਂਕਿ ਜਦੋਂ ਪਕੌੜੇ ਪਾਉਣ ਤੋਂ ਬਾਅਦ ਸੇਕ ਕੱਟ ਜਾਂਦਾ। ਚਲੋ ਜੀ, ਜਦੋਂ ਥੋੜ੍ਹੇ ਜਿਹੇ ਉਧਰੋਂ ਲਾਈਟ ਗੋਲਡਨ ਬਰਾਊਨ ਹੋਣ ਤਾਂ ਇਹਨਾਂ ਦਾ ਪਾਸਾ ਪਲਟ ਦੇਣਾ ਜੀ, ਤਾਂ ਕਿ ਇੱਕ ਸਾਈਡ ਤੋਂ ਜ਼ਿਆਦਾ ਨਾ ਸੜ ਜਾਣ। ਲਓ ਜੀ, ਗੈਸ ਦਾ ਫਲੇਮ ਪਕੌੜੇ ਪਾਉਣ ਤੋਂ ਬਾਅਦ ਅਸੀਂ ਵਧਾ ਤਾ ਜੀ। ਗੋਲਡਨ ਬਰਾਊਨ ਹੋਣ ਤੱਕ ਇਹਨਾਂ ਨੂੰ ਫਰਾਈ ਕਰਾਂਗੇ ਜੀ। ਜਿਹੜੇ ਜਿਹੜੇ ਗੋਲਡਨ ਬਰਾਊਨ ਹੋਈ ਜਾਂਦੇ ਨੇ ਉਹ ਅਸੀਂ ਕੱਢ ਲੈਣੇ ਜੀ। ਹਰ ਤਰਫ ਤੋਂ ਗੋਲਡਨ ਬਰਾਊਨ ਹੋਣਾ ਚਾਹੀਦਾ। ਲਓ ਜੀ, ਸਾਡੇ ਸਾਰੇ ਪਕੌੜੇ ਗੋਲਡਨ ਬਰਾਊਨ ਹੋ ਗਿਆ ਜੀ। ਫਲੇਮ ਅਸੀਂ ਘਟਾ ਤਾ ਅਤੇ ਪਕੌੜੇ ਅਸੀਂ ਕੱਢ ਲਏ। ਦੇਖੋ ਜੀ, ਬਿਲਕੁਲ ਇਹਦੇ 'ਚ ਆਇਲ ਨਹੀਂ ਆ ਰਿਹਾ। ਲਓ ਜੀ, ਇਸ ਤਰ੍ਹਾਂ ਅਸੀਂ ਸਾਰੇ ਸਵੀਟ ਕੋਰਨ ਪਕੌੜੇ ਬਣਾ ਲੈਣੇ ਜੀ। ਲਓ ਜੀ, ਗੈਸ ਅਸੀਂ ਬੰਦ ਕਰਤੀ ਜੀ ਅਤੇ ਸਾਡੇ ਪਕੌੜੇ ਸਾਰੇ ਬਣ ਕੇ ਤਿਆਰ ਹੋ ਗਏ ਨੇ ਜੀ। ਸਾਰੇ ਪਕੌੜੇ ਬਣ ਕੇ ਸਾਡੇ ਰੈਡੀ ਹੋ ਗਏ ਜੀ। ਲਓ ਜੀ, ਸਵੀਟ ਕੋਰਨ ਦੇ ਪਕੌੜੇ ਬਣ ਕੇ ਸਾਡੇ ਬਿਲਕੁਲ ਤਿਆਰ ਹੈ। ਉਮੀਦ ਕਰਦੇ ਹਾਂ ਸਾਡੀ ਰੈਸਪੀ ਤੁਹਾਨੂੰ ਅੱਛੀ ਲੱਗੇਗੀ। ਇੱਕ ਵਾਰੀ ਇਸ ਤਰ੍ਹਾਂ ਬਣਾ ਕੇ ਦੇਖੋ ਔਰ ਕਮੈਂਟ ਬਾਕਸ ਕਮੈਂਟ ਕਰਕੇ ਦੱਸੋ ਕਿ ਸਾਡੀ ਰੈਸਪੀ ਤੁਹਾਨੂੰ ਕੈਸੀ ਲੱਗੀ। ਥੈਂਕ ਯੂ ਵੈਰੀ ਮੱਚ।